ਜੀ ਦੇ ਦਿਲ ਵਿੱਚ ਕੌਮ ਦਾ ਦਰਦ ਹੈ ਨੀ ਦਿਲ ਉਸ ਦਾ ਜੋਸ਼ ਵਿੱਚ ਧੜਕਣਾ ਕੀ ਜਿਹੜੇ ਖੰਡੇ ਨੂੰ ਲੱਗ ਜੰਗਾਲ ਜਾਵੇ ਉਹਨੇ ਵਿੱਚ ਮੈਦਾਨਾਂ ਦੇ ਖੜਕਣਾ ਕੀ ਜਿਹਦੇ ਖੂਨ ਵਿੱਚ ਅਣਖ ਦੀ ਚੰਗ ਹੈ ਨੀ ਬਣ ਕੇ ਗੁੱਸੇ ਦਾ ਲਾਂਬੂ ਉਸ ਭੜਕਣਾ ਕੀ ਜਥੇਦਾਰ ਬੁੱਢਾ ਸਿੰਘ ਦੀ ਵੰਗਾਰ ਨੂੰ ਸੁਣ ਕੇ ਸੂਰਮੇ ਸੋਚਾਂ ਦੇ ਸਮੁੰਦਰ ਵਿੱਚ ਡੁੱਬ ਗਏ ਜਥੇਦਾਰ ਨੇ ਕਿਹਾ ਸਿੰਘੋ ਗੁਰਬਾਣੀ ਦਾ ਪਵਿੱਤਰ ਫਰਮਾਨ ਯਾਦ ਕਰੋ ਸੂਰ ਕੇ ਸਨਮੁਖ ਰਣ ਤੇ ਡਰ ਪੈ ਸਤੀ ਕੇ ਸਾਂਚੇ ਭਾਂਡੇ ਉਹ ਸੂਰਮਾ ਕਾਹਦਾ ਹੈ ਜਿਹੜਾ ਰਣ ਨੂੰ ਦੇਖ ਕੇ ਡਰ ਜਾਵੇ ਉਹ ਸਤੀ ਕਾਹਦੀ ਹੈ ਜਿਹੜੀ ਚਿਖਾ ਨੂੰ ਦੇਖ ਕੇ ਭਾਂਡੇ ਸਾਂਭਣ ਲੱਗ ਜਾਵੇ ਇਸ ਦੇਹ ਨੇ ਸਦਾ ਨੀ ਰਹਿਣਾ ਸੰਸਾਰ ਵਿੱਚ ਧਰਮ ਰਹਿਣਾ ਹੈ ਉੱਠੋ ਮੇਰੇ ਸ਼ੇਰੋ ਧਰਮ ਪਾਲੋ ਗੁਰਵਾਕ ਹੈ ਦੇਹ ਅਨਿਤਨਾ ਨਿਤਰ ਹੈ ਜਸ ਨਾਵ ਚੜੇ ਭਵ ਸਾਗਰ ਤਾਰੈ ਜਦੋਂ ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਸੀ ਤਾਂ ਆਪਣਾ ਸਭ ਕੁਝ ਗੁਰੂ ਦੇ ਹਵਾਲੇ ਕਰ ਦਿੱਤਾ ਸੀ ਅੱਜ ਸਾਡੇ ਗੁਰੂ ਦਾ ਅਪਮਾਨ ਹੋ ਰਿਹਾ ਹੈ ਜੇਕਰ ਅਸੀਂ ਇਸ ਅਪਮਾਨ ਦਾ ਬਦਲਾ ਨਾ ਲਿਆ ਤਾਂ ਸਾਨੂੰ ਸਾਡਾ ਗੁਰੂ ਕਦੇ ਮਾਫ਼ ਨਹੀਂ ਕਰੇਗਾ ਇੰਨੀ ਸੁਣ ਕੇ ਇੱਕ ਸਿੰਘ ਉੱਠਿਆ ਜਿਸ ਦਾ ਨਾਂ ਸੁੱਖਾ ਸਿੰਘ ਮਾੜੀ ਕੰਬੋ ਸੀ ਇਸ ਨੇ ਤਲਵਾਰ ਚੁੱਕ ਲਈ ਅਤੇ ਪਰਣ ਕੀਤਾ ਭਾਵੇਂ ਮੇਰਾ ਆਪਣਾ ਸਿਰ ਵੀ ਲੱਗ ਜਾਵੇ ਪਰ ਮੈਂ ਰੰਗੜ ਦਾ ਸਿਰ ਵੱਢ ਕੇ ਪੰਥ ਦੇ ਹਵਾਲੇ ਕਰਾਂਗਾ ਜੇਕਰ ਧਰਮ ਤੋਂ ਕੁਰਬਾਨ ਹੋਣ ਦੀ ਸੁਭਾਗੀ ਘੜੀ ਆਈ ਹੈ ਤਾਂ ਮੈਂ ਇਸ ਘੜੀ ਨੂੰ ਹੱਥੋਂ ਨਹੀਂ ਗਾਉਣਾ ਚਾਹੁੰਦਾ ਸਰਦਾਰ ਸੁੱਖਾ ਸਿੰਘ ਨੇ ਜਥੇਦਾਰ ਜੀ ਤੋਂ ਰੰਗੜ ਨੂੰ ਸੋਧਣ ਦੀ ਆਗਿਆ ਇਉਂ ਮੰਗੀ ਸਮੇਂ ਦੇ ਹਾਣਦੇ ਨੇ
ਚਰਨ ਉਹਨਾਂ ਨੂੰ ਕੋਈ ਨਹੀਂ ਮਾਰ ਸਕਦਾ ਜਿਹੜੇ ਭਾਜੀਆਂ ਅਗਸਤ ਸਨ 1740 12 ਜੇਠ 1797 ਬਿਕਰਮੀ ਨੂੰ ਦੁਪਹਿਰ ਦੇ ਵੇਲੇ ਸੂਰਮੇ ਸ੍ਰੀ ਦਰਬਾਰ ਸਾਹਿਬ ਜਾ ਪੁੱਜੇ ਉਹਨਾਂ ਨੇ ਆਪਣੇ ਘੋੜੇ ਦਰਸ਼ਨੀ ਦੇਉੜੀ ਤੋਂ ਬਾਹਰ ਲਾਜੀ ਬੈਰੀ ਨਾਲ ਬੰਨ ਦਿੱਤੇ ਅਤੇ ਵਾਹਿਗੁਰੂ ਕਰਦੇ ਅੱਗੇ ਤੁਰ ਪਏ ਪਹਿਰੇਦਾਰ ਨੇ ਪੁੱਛਿਆ ਕੌਣ ਹੋ ਤਾਂ ਸਿੰਘਾਂ ਨੇ ਸਹਿਮੀ ਹੋਈ ਆਵਾਜ਼ ਵਿੱਚ ਜਵਾਬ ਦਿੱਤਾ ਅਸੀਂ ਲੰਬੜਦਾਰ ਹਾਂ ਚੌਧਰੀ ਸਾਹਿਬ ਦਾ ਮਾਮਲਾ ਦੇਣ ਜਾ ਰਹੇ ਹਾਂ ਪਹਿਰੇਦਾਰ ਕਹਿੰਦਾ ਮੇਰਾ ਹਿੱਸਾ ਦੇ ਜਾਵੋ ਸਿੰਘ ਕਹਿੰਦੇ ਤੂੰ ਇੱਥੇ ਹੀ ਖੜਾ ਰਹਿ ਚੌਧਰੀ ਸਾਹਿਬ ਦਾ ਹਿਸਾਬ ਨਿਬੇੜ ਦਈਏ ਮੁੜਦੇ ਹੋਏ ਤੇਰਾ ਹਿੱਸਾ ਵੀ ਦੇ ਕੇ ਜਾਵਾਂਗੇ ਇਹ ਕਹਿ ਕੇ ਸੂਰਮੇ ਰੰਗੜ ਦੇ ਸਾਹਮਣੇ ਜਾ ਖੜੋਤੇ ਰੰਗੜ ਨੇ ਗੁੱਸੇ ਨਾਲ ਆਖਿਆ ਕੌਣ ਸਿੰਘ ਡਰਦੇ ਹੋਏ ਬੋਲੇ ਅਸੀਂ ਲੰਬੜਦਾਰ ਹਾਂ ਤੁਹਾਡਾ ਮਾਮਲਾ ਦੇਣ ਵਾਸਤੇ ਆਏ ਹਾਂ ਰੰਗੜ ਕਹਿੰਦਾ ਲਿਆਓ ਇਸ ਥੈਲੀ ਵਿੱਚ ਕੀ ਹੈ ਇਹ ਸੁਣ ਕੇ ਸੁੱਖਾ ਸਿੰਘ ਨੇ ਥੈਲੀ ਮੋਢੇ ਤੋਂ ਲਾ ਕੇ ਪਲੰਘ ਦੇ ਥੱਲੇ ਸੁੱਟ ਦਿੱਤੀ ਰੰਗੜ ਦੀ ਅਕਲ ਤੇ ਪਰਦਾ ਪੈ ਗਿਆ ਉਸ ਦੀ ਮੱਤ ਮਾਰੀ ਗਈ ਉਸ ਨੂੰ ਸਾਹਮਣੇ ਖੜਾ ਕਾਲ ਵਿਖਾਈ ਨਾ ਦਿੱਤਾ ਜਦੋਂ ਨੀਵੀਂ ਪਾ ਕੇ ਚੁੱਕਣ ਲੱਗਿਆ ਤਾਂ ਸੁੱਖਾ ਸਿੰਘ ਨੇ ਮਹਤਾਬ ਸਿੰਘ ਨੂੰ ਸੈਂਤਰਾ ਸਮਝਾਇਆ ਦੇਖਦਾ ਕੀ ਹੈ ਪੈ ਜਾ ਟੁੱਟ ਕੇ ਲੈਲਾ ਬਦਲਾ ਮੋੜਦੇ ਭਾਜੀ ਪਾ ਦੇ ਕਿਉਂ ਦੇ 41 ਕਰਦੇ ਰੰਗੜ ਨੂੰ ਠੰਡਾ ਪਾ ਦੇ ਕੌਮ ਦੇ ਕਾਲਜੇ ਠੰਡ ਇਹ ਸੁਣ ਕੇ ਸੂਰਮਾ ਗੁੱਸੇ ਨਾਲ ਕੰਬਿਆ ਉਹਨੇ ਦੰਦ ਗਰੀਚੇ ਬੁਲਟ ਕਦੇ ਡੋਲੇ ਫੜ ਕੇ ਨੂੰ ਆਇਆ ਜੋਸ਼ ਉਹਨੇ ਪਾਈਆਂ ਮੱਥੇ ਤੇ ਤੌੜੀਆਂ ਕੀਤਾ ਰੰਗੜ ਦੀ ਕਿੱਕਰ ਦੀ ਗੇਲੀ ਵਰਗੀ ਗਰਦਨ ਤੇ ਰਾਸਤਾਨੀ ਸਲਾਈ ਦਾ ਬਾਹਰ ਰੰਗੜ ਬੱਕਰੇ ਵਾਂਗੂ ਹੇ ਇਹੋ ਝਟਕਾ ਦਿੱਤਾ ਕੋਈ
ਆਂ